ਅਸਲਾਮ ਵਾਲੇਕਮ ਦੋਸਤੋ, ਇਸ ਟਾਈਮ ਫਰੇਮ ਦੇ ਵਿੱਚ ਦੂਸਰੇ ਨੰਬਰ 'ਤੇ ਤੁਹਾਨੂੰ ਝੋਟੀ ਵਿਖਾ ਰਿਹਾ ਨਾ। ਵੀਡੀਓ ਕੋਈ ਲੰਮੀ ਹੋ ਗਈ ਸੀ, ਮੈਂ ਕਿਹਾ ਚਲੋ ਇਹ ਜੋੜਾ ਤੁਹਾਨੂੰ ਲਹਿਦਾ ਵਿਖਾ ਦਿੰਦੇ ਹਾਂ। ਇਹ ਵੀ ਭਾਈ ਰਾਹਤ ਕੋਲੇ ਮਾਸ਼ਾਅੱਲਾ ਪਹਿਲੇ ਨੇ ਭਾਈ ਰਾਹਤ ਪਹਿਲਣ ਪਹਿਲਣ, ਕਿਆ ਬਾਤ ਹੈ ਜੀ। ਇੰਝ ਜਿਵੇਂ ਗੋਰਿਆਂ ਦੀਆਂ ਗਾਵਾਂ ਹੁੰਦੀਆਂ ਨੇ ਥੱਲੋਂ ਦੋਂਦੀ ਮੂੰਹ ਰਾਏ ਸਾਹਿਬ। ਭਾਈ ਰਾਹਤ ਤੁਸੀਂ ਦੱਸੋ ਮੂੰਹ ਦੋਂਦੀ ਦੋਂਦੀ ਦੋਂਦੀ, ਕਿਆ ਬਾਤ ਹੈ ਜੀ। ਬਿਲਕੁਲ ਇੰਝ ਕਿੰਗਰੀ ਵਾਲਾ ਸਿੰਘ ਹੈ, ਕਾਠ ਵਾਲਾ, ਅਤੇ ਚਿਹਰੇ ਦੀ ਖੂਬਸੂਰਤੀ ਵੀ ਬਹੁਤ ਪਿਆਰੀ ਹੈ। ਅਤੇ ਜਿਹੜਾ ਥਣ ਅੱਲਾ ਪਾਕ ਨੇ ਲਾਇਆ ਜਨਾਬ, ਪੂਰਾ ਪਾਵਰ ਵਾਲਾ ਮੁੱਠ 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 ਦਾ, ਅਤੇ ਵੰਡਾ ਸੋਹਣੀਆਂ ਗਿੱਠ ਗਿੱਠ ਦੇ ਬਿਰਲਾਂ ਰਾਏ ਸਾਹਿਬ। ਇਹ ਪਹਿਲਣ ਕਿ ਦੂਜੇ? ਪਹਿਲਣ ਪਹਿਲਣ। ਅੱਛਾ, ਖਾਸ ਪਹਿਲਣ ਮੂੰਹ ਦੋਂਦੀ। ਅੱਛਾ, ਇਹਨੂੰ ਅਸੀਂ ਛੱਡ ਕੇ ਬਾਹਰ ਕੱਢੋ ਨਾ ਟੋਰੋ, ਇਹਦੇ ਕੋਲੇ ਬੱਚਾ ਕੀ ਛੱਡ ਦੇ ਛੱਡ ਦੇ ਸਟਾਰ ਕੱਟਾ ਹੈ ਇਹਦਾ, ਕੱਟਾ ਖੜਾ ਡੋਗਰਾ ਲਾਇਆ ਇਹਨੂੰ ਬਾਹਰ ਕੱਢੇ ਨਾ। ਪਹਿਲਣ ਜਿਹੜੀ ਮੈਂ ਕੱਟਾ ਦੇਵੇ ਚੰਗਾ ਹੁੰਦਾ, ਚੰਗਾ ਹੁੰਦਾ ਪਹਿਲਣ, ਮੈਂ ਉਹਨੂੰ ਹੁਣੇ ਕੱਟਾ ਚਾਹੀਦਾ। ਸਿਆਣੇ ਪਹਿਲੇ ਬੰਦੇ ਆਉਂਦੇ ਸੀ ਪਹਿਲਣ, ਮੈਂ ਮਗਰ ਕੱਟਾ ਹੋਣਾ ਚਾਹੀਦਾ। ਕਿਆ ਬਾਤ, ਮਾਸ਼ਾਅੱਲਾ, ਸੋਹਣਾ ਖਿਲਾ ਰਹੇ ਜੀ, ਚੰਗੀ ਭਲਵਾਨਾ ਤਰ੍ਹਾਂ ਟੋਰ ਹੈ, ਕਿਆ ਬਾਤ ਹੈ ਮਾਸ਼ਾਅੱਲਾ। ਛੱਡ ਦੇ ਮੈਂ ਨਾ ਤੋ ਲੈ ਚੱਲ ਤੂੰ ਟੋਰ, ਲੈ ਚੱਲ ਬੰਨ ਸੋ। ਮੈਂ ਇੱਕ ਦੂਜੀ ਨਾਲੋਂ ਵੱਖਰੀਆਂ ਹੋਣਗੀਆਂ ਰਾਏ ਸਾਹਿਬ। ਹਾਂ ਜੀ, ਆ ਰਾਹਤ ਭਾਈ, ਸਾਰੀਆਂ ਸਾਰੀਆਂ ਹੀ ਸੋਹਣੀਆਂ ਨੇ ਮਾਸ਼ਾਅੱਲਾ। ਇੱਕ ਵੇਖੀਏ ਦੂਸਰੀ, ਬਾਕੀ ਪਹਿਲਣ ਵੇਖਣ ਦਿਓ, ਬੱਚੇ ਤੇ ਸਹੀ ਹੈ ਨਾ। ਮਾਸ਼ਾਅੱਲਾ, ਐ ਜੀ ਇਹਦੇ ਕੋਲੇ ਬੱਚਾ ਕੱਟਾ ਕੱਟਾ। ਹਾਂਜੀ ਭਾਈ ਰਾਹਤ, ਆ ਜਾਓ ਹੁਣ ਮੈਦਾਨ 'ਚ, ਦੱਸੋ ਇਹਦੇ ਮੁਤਲਕ ਵੀ ਕੀ ਇਹਦੇ ਕੋਲੇ ਦੁੱਧ ਦੁੱਧ ਕਿੰਨਾ ਕਰਦੀ ਪਈ ਆ। ਅਸਲਾਮ ਵਾਲੇਕੁਮ। ਦੁੱਧ 13-14 ਸਿਰ ਝੋਟੀ। ਅਸਲਾਮ ਵਾਲੇਕੁਮ ਭਾਜੀ ਰਾਹਤ ਸਾਹਿਬ। ਵਾਲੇਕੁਮ ਸਲਾਮ। ਰਾਹਤ ਫਤਿਹ ਅਲੀ ਖਾਨ, ਕੀ ਹਾਲ ਆ ਜੀ ਰਾਜ ਸਾਹਿਬ? ਠੀਕ ਠਾਕ। ਗੁਜਰ ਸਾਹਿਬ, ਇਹ ਕਿੰਨਾ ਇਸ ਟਾਈਮ ਕਰਦੀ ਪਈ ਦੁੱਧ? ਇਹਦੇ ਕੋਲ 13-14 ਸਿਰ ਦੁੱਧ ਹੀ ਰਾਜ ਸਾਹਿਬ, ਤੀਸਰਾ ਦਿਨ ਹੀ ਆਈ ਸੂਈ ਨੂੰ। ਅੱਛਾ, ਤੀਸਰਾ ਦਿਨ ਹੈ ਤੇ 13-14 ਕਿਲੋ ਫੈ ਸਾਰਾ ਦੁੱਧ ਹੈ ਮਾਸ਼ਾਅੱਲਾ। ਇਨਸ਼ਾਅੱਲਾ। ਚਵਾਈ ਕੇਜੀ ਆ? ਚਵਾਈ ਜਿੱਦਾਂ ਦਾ ਥਾਣ ਆ, ਡੇਡੀ ਚਵਾਈ ਹੋਊਗੀ। ਮੈਂ ਹੁਣ ਤਾਂ ਸੋਹਣਾ ਮਾਸ਼ਾਅੱਲਾ ਪਾਵਰ ਵਾਲਾ, ਚਾਰੇ ਥਾਣੀ ਸੋਹਣੇ ਨੇ ਆ, ਤੇ ਥੱਲੋਂ ਤਾਂ ਐਵੇਂ ਹੀ ਜਿਵੇਂ ਗੋਰਿਆਂ ਦੀਆਂ ਗਾਵਾਂ ਨਹੀਂ ਹੁੰਦੀਆਂ ਮਾਸ਼ਾਅੱਲਾ, ਚੱਡਾ ਫਸਵਾਂ ਭਾਵੇਂ ਵੀ ਸੂਬੇ ਐਵੇਂ ਰੱਖੇ ਇਨਸ਼ਾਅੱਲਾ। ਅੱਛਾ, ਤੇ ਕੀ ਹੋਣੇ ਦਾ ਆਪਾਂ ਲੇਖਾ ਲੁਖਾ ਲੈਣਾ, ਕੋਈ ਦੱਸੇ ਨਾ। ਲੇਖਾ ਤਾਂ ਰਾਜ ਸਾਹਿਬ 8-8.5 ਲੱਖ ਕਰਦੇ ਆ। ਨਾ ਏਡੇ ਮੁੱਲ ਕੀਤੀ ਜਾ, ਕੋਈ ਬੁਲਾ ਜਾ, ਕੋਈ ਪਾਪਾ ਦੇ ਨਾਲ ਨਾ, ਤੁਹਾਡੀ ਜ਼ਾਤ ਨੂੰ 7.5 ਸਾਥ ਦੀ ਚੋਟੀ, 7.5 ਸਾਥ ਦੀ, 7.5 ਸਾਥ ਫਾਈਨਲ ਹੈ ਕਿ ਸੈਮੀਫਾਈਨਲ? ਜੇ ਕਿਸੇ ਭਰਾ ਨੇ ਲਵੇ ਤੇ ਕਿਰਾਇਆ ਭਾੜਾ ਛੱਡਾਂਗੇ। ਅਜਾ ਰਾਜੀ ਆ ਤੇਰੇ ਤੇ, ਕਿਆ ਬਾਤ। ਲਓ ਜੀ, 7.5 ਸਾਥ ਦੇ ਵਿੱਚ ਜਿਹੜਾ ਨਾ ਕੋਈ ਕਿਰਾਇਆ ਭਾੜਾ ਜਿਹੜਾ ਨਾ ਇਨਸ਼ਾਅੱਲਾ ਤਾਲਾ ਛੁੱਟੇਗਾ। ਬਾਕੀ ਜੀ, ਚੰਗੀਆਂ ਚੀਜ਼ਾਂ ਦੀਆਂ ਡਿਮਾਂਡਾਂ ਹੁੰਦੀਆਂ ਰਹਿੰਦੀਆਂ ਨੇ ਇਨਸ਼ਾਅੱਲਾ ਤਾਲਾ। ਸਾਹਿਬ ਨੀਲੀ ਰਾਵੀ ਦੀ ਮੈਂ। ਹਾਂਜੀ, ਬਰੀਕ ਪੁੱਛ ਲਿਆ ਜੀ, ਸੋਹਣਾ ਪੁੱਠਾ ਖੁੱਡਾ, ਹਰ ਚੀਜ਼ ਚੰਗੀ ਹੈ ਮਾਸ਼ਾਅੱਲਾ, ਹਰ ਪਾਸੋਂ ਪੂਰੀ ਝੋਟੀ ਜੀ। ਹੁਣ ਦੂਸਰੇ ਨੰਬਰ ਤੇ ਜਿਹੜੀ ਪਹਿਲਣ, ਉਹ ਵੀ ਵਹਾਈ ਹੈ, ਉਹ ਵੀ ਬਹੁਤ ਕਮਾਲ ਦੀ ਜੀ। ਇਹਨਾਂ ਕੋਲੇ ਜਿਹੜੀ ਨਾ, ਪਹਿਲੇ ਨੰਬਰ ਤੇ ਝੋਟੀ, ਦੂਸਰੇ ਨੰਬਰ ਤੇ ਸੁਭਾਨ ਅੱਲਾ ਯਾਰ, ਕਿਆ ਬਾਤ ਹੈ ਭਾਈ ਰਾਹਤ। ਰਾਏ ਸਾਹਿਬ ਪਹਿਲਣ ਮੂੰਹ ਚੌਕੀ, ਕਿਆ ਬਾਤ ਹੈ ਯਾਰ, ਮਾਸ਼ਾਅੱਲਾ, ਯਕੀਨ ਕਰ ਜਾ ਨਾ, ਵੇਖਿਆ ਮਜ਼ਾ ਆਈ ਜਾਂਦਾ ਮਾਸ਼ਾਅੱਲਾ। ਪਹਿਲਣ ਮੂੰਹ ਚੌਕੀ, ਇਹ ਵੀ ਮੂੰਹ ਚੌਕੀ, ਚੌਕੀ ਮੂੰਹ ਸ਼ੋਲਟੀ ਗਰੰਟੀ ਮੈਂ ਦਿੰਦਾ ਬਾਦ। ਪਹਿਲਣ ਹੋ ਕੇ ਕੱਟ ਕਪਾੜਾ ਵੇਖ ਮੈਂ ਨੂੰ ਕਿੱਡਾ ਰਾਏ ਸਾਹਿਬ, ਮੈਂ ਨਾ ਸੋਹਣੀ ਵੇਖ, ਮੈਂ ਪਿਛਲਾ ਹਿੱਸਾ ਪਿਛਲੇ ਥਣਾ ਦੋਲ ਜਾ ਕੇ ਗਿੱਠ ਪਾ ਪੈਂਦੀ ਵਿੱਚ, ਪੂਰੇ ਗਿੱਠ ਗਿੱਠ ਤੇ ਫਾਲਾ ਮਾਈ ਮਾਸ਼ਾਅੱਲਾ, ਤੇ ਰੁਗ ਰੁਗ ਪੂਰੇ ਰੁਗ ਦਾ ਰੁਗ ਰੁਗ ਦਾ ਅੱਲਾ ਤਾਲਾ ਕਰਮ ਕਰੇ ਜੀ ਇਨਸ਼ਾਅੱਲਾ। ਬਾਕੀ ਜੀ, ਵੇਖਿਆ ਸਰੂਰ ਜ਼ਰੂਰ ਆਏਗਾ ਇਨਸ਼ਾਅੱਲਾ, ਲੈਣੇ ਦੇਣੇ ਨਸੀਬ ਨੇ। ਐਡੀਆਂ ਐਡੀਆਂ ਸਾਫ਼ ਸੁਥਰੀਆਂ ਜਿਹੜੀਆਂ ਪਹਿਲਣਾਂ ਨੇ ਨਾ, ਬਹੁਤ ਘੱਟ ਲੱਭਦੀਆਂ ਨੇ। ਅੱਖ ਐਡੀ ਐਡੀ ਮੋਟੀ ਹੈ, ਬਿਲਕੁਲ ਚਿਹਰਾ ਵੇਖ ਰਿਹਾ ਹੈ ਸਾਹਿਬ, ਮੈਂ ਨਹੀਂ ਮੈਦਾਨ ਚ ਕੱਢੇ ਨਾ ਬਾਹਰ ਨੂੰ ਯਾਰ। ਆ ਛਾਡੀ ਝੋਟੀ, ਬਿਲਕੁਲ ਜੀ ਮਿੱਡਾ ਜਾਂ ਨਾ, ਚਿਹਰਾ ਵੇਲਾ ਕਿਵੇਂ ਜਿਵੇਂ ਚੰਨ ਹੁੰਦਾ ਹੈ, ਚੰਨ ਹੁੰਦਾ ਯਾਰ, ਤੂੰ ਰਾਹਤ ਆਪ ਹੀ ਜਾਣਦੇ।
ਕੱਢੀ ਮੈਦਾਨ ਚ ਮਾੜਾ ਗੇੜਾ ਦੇਵੇ ਨੋਲੇ ਜੇ ਇਹਦੇ ਕੋਲ ਜਾ ਕੀ ਏ ਇੱਕੋ ਕੱਟਾ ਜੀ ਪਹਿਲਾਂ ਮੈਂ ਕੋ ਕੱਟਾ ਹੀ ਹੋਣਾ ਚਾਹੀਦਾ ਅੱਛਾ ਮਾਸ਼ਾਅੱਲਾ ਜਿਵੇਂ ਖਾੜੇ ਚ ਭਲਵਾਨ ਤੁਰਿਆ ਜਾਂਦਾ ਐਡੀਆਂ ਮਹੀਆਂ ਲੱਭਣ ਲੱਗਿਆ ਵੀਹ ਪਿੰਡ ਫਿਰਨੇ ਪੈਂਦੇ ਰਾਏ ਸਾਹਿਬ ਸੱਚਾ ਪਿੱਛੋਂ ਵੇਖਣੀ ਜੀ ਕਿੰਨੀ ਚੌੜੀ ਤੇ ਅੱਗੋਂ ਬਿਲਕੁਲ ਕੱਟੀ ਅੱਲਾ ਪਾਕ ਨੇ ਜਿਹੜਾ ਹੁਸਨ ਦਿੱਤਾ ਕਮਾਲ ਦਾ ਜੀ ਮਾਸ਼ਾਅੱਲਾ ਲੈਣੇ ਦੇਣੇ ਨਸੀਬ ਨੇ ਬਾਕੀ ਸੋਹਣਾ ਸ਼ੌਕ ਹੈ ਜੀ ਲੈ ਆਈ ਲੰਮੀ ਟੋਰੀ ਪਰਾਂ ਨੂੰ ਨਾ ਮਾਰਨਾ ਨਾ ਮਾਰ ਲੈ ਅੰਦਰ ਉਂਝ ਬੱਚੇ ਤੇ ਬਿਲਕੁਲ ਸੀਲ ਸਾਊ ਏ ਸੀਲ ਸਾਊ ਲੈ ਔਰ ਅੰਦਰ ਭਾਵੇਂ ਮੈਦਾਨ 'ਚ ਖੜੀ ਕਰਕੇ ਬੱਚਾ ਲਾ ਲੈ ਇਹਨੂੰ ਲਿਆਵੇ ਨਾ ਅੰਦਰ ਸਿਰ ਵੇਖ ਲਓ ਰਾਜ ਸਾਹਿਬ ਰੱਬ ਨੇ ਕਿੱਥੇ ਕਿੱਥੇ ਮਨ ਲਾਇਆ ਕੱਟਾ ਇਹਦਾ ਕੱਟਾ ਬੱਚਾ ਵੀ ਇਹਦਾ ਬਹਾਣਾ ਕੱਟਾ ਮਾਸ਼ਾਅੱਲਾ ਜੀ ਕਿਆ ਬਾਤ ਹੈ ਸੁਭਾਨ ਅੱਲਾ ਚਾਰੇ ਥਣ ਜਿਹੜੇ ਇਹਨਾਂ ਸੋਹਣੇ ਵੇਲਾ ਗਿੱਠ ਗਿੱਠ ਦੀਆਂ ਮਾਸ਼ਾਅੱਲਾ ਐ ਜੀ ਸਿੰਘ ਵੇਖਣੇ ਨੇ ਅੱਜ ਬਿਲਕੁਲ ਕਾਠ ਵਾਲੇ ਸਿੰਘ ਦੇ ਲੋ ਨਿੱਕਾ ਨਿੱਕਾ ਸਿੰਘ ਮੈਂ ਹੱਥ ਰੱਖਿਆ ਲੋਕ ਦਾ ਮਾਸ਼ਾਅੱਲਾ ਜੀ ਬੱਚਾ ਇਹਦਾ ਵਹਾਵੇਂ ਨਾ ਪਾਉ ਚਿੜਾ ਬੱਚਾ ਰਾ ਉਹ ਬੈਠਾ ਪਰੇ ਅੱਗੇ ਬੈਠਾ ਹੋਇਆ ਅੱਛਾ ਕੱਟਾ ਥੱਲੇ ਕੱਟਾ ਕੱਟਾ ਮਾਸ਼ਾਅੱਲਾ ਜੀ ਐ ਕੱਟਾ ਰਾਹਤ ਜੀ ਰਾਜ ਸਾਹਿਬ ਕਿੰਨਾ ਕੋ ਇਸ ਟਾਈਮ ਦੁੱਧ ਦਿੰਦੇ ਕੋਲੇ ਦੁੱਧ ਝੋਟੀ ਕੋ 15 ਸਿਰ 15 ਕਿਲੋ ਪੱਕਾ ਪੱਕਾ ਤੇ ਕੀ ਇਹਦਾ ਲੇਖਾ ਲੁਖਾ ਲੈਣਾ ਆਪਾਂ ਇੱਥੇ ਪੂਰੀ ਝੋਟੀ ਆਈ ਜਾਂਦੀ ਫਰੇਮ ਦੇ ਵਿੱਚ ਹਰ ਪਾਸੋਂ ਨੂਰ ਸ਼ਾਹ ਜਿਹੜਾ ਨਾ ਤੁਹਾਡਾ ਬੜਾ ਮਸ਼ਹੂਰ ਹੈ ਯਾਰ ਹਰ ਪਾਸੇ ਚੱਡਾ ਮੇਰਾ ਸ਼ੱਕ ਨਹੀਂ ਜੀ 1.5 ਫੁੱਟ ਚੌੜਾ ਹੋਵੇ ਮਾਸ਼ਾਅੱਲਾ ਹੈ ਨਾ ਬਿਲਕੁਲ ਜੀ ਬਿਲਕੁਲ ਅੱਛਾ ਰਾਹਤ ਕਿੰਨਾ ਦੁੱਧ ਦੱਸੇ ਨਾ ਕਿੰਨਾ 15 ਕਿਲੋ ਦੁੱਧ ਰਾਏ ਸਾਹਿਬ 15 ਕਿਲੋ ਕੀ ਹੁਣ ਇਹਦਾ ਲੇਖਾ ਲੁਖਾ ਲੈਣਾ ਲੇਖਾ ਤਾਂ ਰਾਏ ਸਾਹਿਬ 8.5 ਲੱਖ ਕਰਦੇ ਆ ਸਾਡੀ ਜਾਤ ਨੂੰ 8 ਲੱਖ ਦੀ ਅੱਠ ਦੀ ਅੱਠ ਜੀ ਸਹਿ ਸਾਰਾ ਮੁੱਲ ਨਾ ਮੈਂ ਕਰਿਆ ਕਰ ਮੈਂ ਮੁੱਲ ਮੈਂ ਵੀ ਚੰਗੀ ਜਾਂਦਾ ਕਿਰਾਏ ਪਾੜੇ ਸਹਿ ਪੈ ਜਾਂਦੇ ਨੇ ਪਹਿਲਾਂ ਮੈਂ ਵਾ ਦੇ ਸੋਹਣ ਸੁਣਾਪ ਵੇਖ ਲਾ ਮਾਈ ਬਸ ਹੁਸਨ ਦੇ ਹੀ ਪੈਸੇ ਨੇ ਆ ਬਾਕੀ ਜੇ ਕੋ ਤੁਹਾਡੀ ਮੁਹੱਬਤ ਹੋਏਗੀ ਤੇ ਜਿਹੜਾ ਭਰਾ ਲਏਗਾ ਕਿਰਾਇਆ ਭਾੜਾ ਛੱਡਾਂਗੇ ਉਹ ਜਾ ਰਾਜੀ ਆ ਤੇਰੇ ਤੇ ਲਓ ਜੀ ਇਨਸ਼ਾਅੱਲਾ ਤਾਲਾ ਇਹ ਵੀ ਰਾਏ ਸਾਹਿਬ ਤੁਹਾਡਾ ਹਿਆ ਹੋਣਾ ਹੀ ਜਿੰਨਾ ਮਰਜ਼ੀ ਕਰਾ ਲਓ ਅੱਛਾ ਤੂੰ ਬੰਦਾ ਹੀ ਰਹਿ ਯਾਰ ਅੱਲਾ ਪਾਕ ਕਰਮ ਕਰੇ ਜਿੰਦਾਬਾਦ ਚਲੋ ਜੀ ਲਓ ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਕਬ ਅਲੀ ਨੂੰ ਇਜਾਜ਼ਤ ਦਿਓ ਇੱਕ ਲਾਜਵਾਬ ਵੀਡੀਓ ਨਾਲ ਹਾਜ਼ਰ ਹੋਵਾਂਗੇ ਪਾਕਿਸਤਾਨ ਜਿੰਦਾਬਾਦ ਆ ਪੈਣਾ ਇਹ ਹਾਲ ਮੈਂ ਆਪਣਾ ਕਿ ਨੌਸ਼ਾ ਦਾ ਇਲਾਕਾ ਵੀ ਜਿੰਦਾਬਾਦ Thank you.